ਇੱਕੋ ਰਾਤ ਨੂੰ ਚੋਰਾਂ ਦੇ ਵੱਲੋਂ ਤਿੰਨ ਦੁਕਾਨਾਂ ਨੂੰ ਨਿਸ਼ਾਨਾ ਬਣਾਇਆ ਗਿਆ। ਪਹਿਲਾਂ ਤਾਂ ਚੋਰਾਂ ਦੇ ਵੱਲੋਂ ਮੈਡੀਕਲ ਸਟੋਰ ਵਾਲੀ ਦੁਕਾਨ ਦਾ ਸ਼ਟਰ ਤੋੜਿਆ ਜਾਂਦਾ ਤੇ ਉਸ ਦੇ ਵਿੱਚੋਂ 65,000 ਰੁਪਏ ਲੈ ਕੇ ਫਰਾਰ ਹੋਏ ਨੇ ਤੇ ਇਸ ਦੇ ਨਾਲ ਇੱਕ ਮਨੀ ਟ੍ਰਾਂਸਫਰ ਵਾਲੀ ਦੁਕਾਨ ਦੇ ਵਿੱਚੋਂ 8 ਤੋਂ 10 ਲੱਖ ਰੁਪਏ ਲੈ ਕੇ ਫਰਾਰ ਹੋ ਗਏ ਨੇ ਤੇ ਘਟਨਾ ਦੀ CCTV ਵੀ ਸਾਹਮਣੇ ਆਈ ਹੈ। ਦੱਸ ਦਈਏ ਕਿ ਸਾਰੇ ਹੀ ਚੋਰ ਇੱਕ ਸਵਿਫਟ ਗੱਡੀ ਦੇ ਵਿੱਚ ਸਵਾਰ ਹੋ ਕੇ ਆਏ ਸੀ। ਹਾਲਾਂਕਿ ਤਸਵੀਰਾਂ ਦੇ ਵਿੱਚ ਦੇਖਿਆ ਜਾ ਸਕਦਾ ਕਿ ਇੱਕ ਸਵਿਫਟ ਗੱਡੀ ਦੁਕਾਨ ਦੇ ਬਾਹਰ ਆ ਕੇ ਰੁਕਦੀ ਹੈ ਤੇ ਉਸ ਦੇ ਵਿੱਚੋਂ 2 ਜੋ ਨੇ ਚੋਰ ਉਤਰਦੇ ਨੇ ਅਤੇ ਉਹਨਾਂ ਦੇ ਹੱਥ ਦੇ ਵਿੱਚ ਲੋਹੇ ਦੀ ਰਾੜ ਹੁੰਦੀ ਹੈ ਤਾਂ ਲੋਹੇ ਦੀ ਰਾੜ ਨੂੰ ਸ਼ਟਰ ਦੇ ਵਿੱਚ ਪਾ ਕੇ ਸ਼ਟਰ ਚੱਕ ਦਿੰਦੇ ਨੇ ਤੇ ਉਸ ਤੋਂ ਬਾਅਦ ਦੇ ਵਿੱਚ ਮੈਡੀਕਲ ਸਟੋਰ ਵਾਲੀ ਦੁਕਾਨ ਦੇ ਵਿੱਚ ਐਂਟਰ ਹੁੰਦੇ ਨੇ ਤੇ ਉਸ ਦੇ ਗੱਲੇ 'ਚ ਪਏ ਕਰੀਬ 65,000 ਤੋਂ 70,000 ਰੁਪਏ ਕਿਹਾ ਜਾ ਰਿਹਾ ਕਿ ਲੈ ਕੇ ਉਹ ਮੌਕੇ ਤੋਂ ਫਰਾਰ ਹੋਏ ਨੇ ਤੇ ਦੂਜੇ ਪਾਸੇ ਫਿਰ ਇਹਨਾਂ ਦੇ ਵੱਲੋਂ ਹੀ ਇੱਕ ਮਨੀ ਟ੍ਰਾਂਸਫਰ ਵਾਲੀ ਦੁਕਾਨ ਦੇ ਵਿੱਚ ਜਦ ਚੋਰੀ ਕਰ ਰਹੇ ਸੀ ਤਾਂ ਉਸ ਸਮੇਂ ਇੱਕ ਦੁਕਾਨਦਾਰ ਦੇ ਵੱਲੋਂ ਦੁਕਾਨ ਖੋਲ੍ਹੀ ਜਾਂਦੀ ਹੈ। ਹਾਲਾਂਕਿ ਜਿਵੇਂ ਹੀ ਉਸਨੂੰ ਆ ਕੇ 2 ਬੱਚਿਆਂ ਦੇ ਵੱਲੋਂ ਦੱਸਿਆ ਜਾਂਦਾ ਕਿ ਇਸ ਦੁਕਾਨ ਦੇ ਵਿੱਚ ਚੋਰੀ ਹੋ ਰਹੀ ਹੈ ਤਾਂ ਜਦੋਂ ਉਹ ਮੌਕੇ ਤੋਂ ਆ ਕੇ ਭਜਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਚੋਰ ਗੱਡੀ ਦੇ ਵਿੱਚ ਬੈਠ ਕੇ ਫਰਾਰ ਹੋ ਜਾਂਦੇ ਨੇ। ਪਰ ਕਿਹਾ ਜਾ ਰਿਹਾ ਕਿ ਅੱਗੇ ਜਾ ਕੇ ਜਿੱਥੇ ਉਹ ਗਲੀ ਬੰਦ ਹੁੰਦੀ ਸੀ ਉੱਥੋਂ ਉਹ ਗੱਡੀ ਮੋੜਦੇ ਨੇ ਤੇ ਜਦੋਂ ਉਹਨਾਂ ਨੂੰ ਰੁਕਣ ਦੀ ਇਸ਼ਾਰਾ ਦਿੱਤਾ ਜਾਂਦਾ ਤਾਂ ਉਹਨਾਂ ਦੇ ਵੱਲੋਂ ਤੇਜ਼ ਕਰਕੇ ਗੱਡੀ ਉੱਥੋਂ ਕੱਢ ਦਿੱਤੀ ਜਾਂਦੀ ਹੈ। ਤਾਂ ਦੱਸ ਦਈਏ ਕਿ ਜੋ ਮਨੀ ਟ੍ਰਾਂਸਫਰ ਦੀ ਦੁਕਾਨ ਤੇ ਚੋਰੀ ਦੀ ਵਾਰਦਾਤ ਵਾਪਰੀ ਹੈ ਉਹ ਸਵੇਰੇ ਕਿਹਾ ਜਾ ਰਿਹਾ ਕਿ 5 ਜਾਂ 5:30 ਵਜੇ ਦੇ ਵਿੱਚ ਵਾਪਰੀ ਹੈ ਤੇ ਮੈਡੀਕਲ ਸਟੋਰ ਨੂੰ ਰਾਤ ਦੇ ਸਮੇਂ ਨਿਸ਼ਾਨਾ ਬਣਾਇਆ ਗਿਆ ਤੇ ਇਸ ਦੇ ਨਾਲ ਹੀ ਇੱਕ ਹੋਰ ਤੀਸਰੀ ਦੁਕਾਨ ਨੂੰ ਨਿਸ਼ਾਨਾ ਬਣਾਇਆ। ਤਾਂ ਦੱਸ ਦਈਏ ਕਿ ਜਿੱਥੇ ਇੱਕ ਪਾਸੇ ਚੋਣ ਜਾਬਤਾ ਲੱਗੀ ਹੋਈ ਹੈ ਪੁਲਿਸ ਦਾ ਸਖਤ ਪੈਰਾ ਚੱਪੇ ਦੇ ਉੱਤੇ ਹੈ, ਪਰ ਅਜਿਹੀ ਵਾਰਦਾਤ ਦਾ ਹੋ ਜਾਣਾ ਕਿਤੇ ਨਾ ਕਿਤੇ ਆਪਣੇ ਆਪ ਦੇ ਵਿੱਚ ਵੱਡੇ ਸਵਾਲ ਵੀ ਜ਼ਰੂਰ ਖੜੇ ਕਰਦਾ ਹੈ। ਤਾਂ ਦੱਸ ਦਈਏ ਕਿ ਖੰਨਾ ਦੀ ਬੁੱਕਸ ਮਾਰਕੀਟ ਦੇ ਵਿੱਚ 2 ਦੁਕਾਨਾਂ ਅਤੇ 1 ਲਲਹੇੜੀ ਰੋਡ ਦੇ ਉੱਤੇ 1 ਦੁਕਾਨ ਨੂੰ ਚੋਰਾਂ ਦੇ ਵੱਲੋਂ ਨਿਸ਼ਾਨਾ ਬਣਾਇਆ ਗਿਆ। ਮੈਨੂੰ ਤਾਂ ਵੀਰ ਨੇ ਫੋਨ ਕੀਤਾ, ਇਹਨਾਂ ਨੇ ਸੰਨੀ ਨੂੰ ਕੀਤਾ, ਮੇਰੇ ਬੇਟੇ ਨੂੰ। ਆਇਆ ਬਸ ਆਹ ਸ਼ਟਰ ਪੱਟਿਆ ਹੋਇਆ ਸੀ, ਅੰਦਰ ਜਦ ਮੈਂ ਬੜ ਕੇ ਦਮ ਦੇ ਦੇਖਿਆ ਗੱਲਾਂ 2 ਹੀ ਗੱਲੇ ਮੇਰੇ ਖਾਲੀ ਦੇ। ਕੈਸ਼ ਲੈ ਕੇ ਗਏ ਨੇ ਜਾਂ ਕੁਛ? ਨਹੀਂ, ਹੋਰ ਕੁਛ ਨਹੀਂ, ਕੈਸ਼ ਪਿਆ ਸੀ 8 ਤੇ 10 ਲੱਖ ਦੇ ਵਿਚਾਲੇ ਪਿਆ ਸੀ ਕੈਸ਼। ਅੱਛਾ, ਤੁਸੀਂ ਰਾਤੀ ਜਾਂਦੇ ਹੋ ਗੱਲਾਂ ਖਾਲੀ ਨਹੀਂ ਕਰਕੇ ਜਾਂਦੇ? ਨਹੀਂ, ਖਾਲੀ ਨਹੀਂ ਮੈਂ ਕਰਕੇ ਜਾਂਦਾ, ਕਿਉਂਕਿ ਮੇਰਾ ਕੈਸ਼ ਦਾ ਕੰਮ ਹੈ, ਮੈਂ ਉਹਦੀ ਦੁਕਾਨ 'ਤੇ ਹੀ ਮੈਂ ਕੈਸ਼ ਰੱਖ ਕੇ ਜਾਂਦਾ, ਮੇਰਾ ਮਨੀ ਟ੍ਰਾਂਸਫਰ ਦਾ ਕੰਮ ਹੈ। ਕੋਈ CCTV ਕੈਮਰੇ ਵਗੈਰਾ 'ਚ ਆਇਆ ਕੁਛ? CCTV 'ਤੇ ਕੈਮਰੇ DVR ਵੀ ਲੱਗੇ, 2 ਹੀ ਕੈਮਰੇ ਤੋੜ ਗਏ ਬਾਹਰਲੇ। ਤੁਹਾਨੂੰ ਪਤਾ ਲੱਗਿਆ ਵੀ ਕਿੰਨੇ ਕੁ ਵਜੇ ਹੋਈ ਘਟਨਾ? ਇਹ ਆ ਵੀਰ ਦੱਸ ਰਿਹਾ ਵੀ 5 ਤੇ 5:30 ਦੇ ਵਿਚਾਲੇ ਹੋਈ ਹੈ ਜੀ। ਤੁਹਾਨੂੰ ਕੀ ਮੰਗ ਕਰ ਰਹੇ? ਵੈਸੇ ਬੰਦੇ ਫੜੇ ਜਾਣ, ਮੇਰਾ ਕੈਸ਼ ਮੈਨੂੰ ਮਿਲ ਜਾਵੇ ਜੀ, ਕਿਉਂਕਿ ਮੈਂ ਤਾਂ ਬਹੁਤ ਔਖਾ ਸਟੈਂਡ ਕੀਤਾ ਜੀ ਕੰਮ। ਮੇਰਾ ਦਵਿੰਦਰ ਸਿੰਘ ਜੀ। ਕੀ ਹੋਇਆ ਜਿਹੜਾ? ਦੇਖੋ, ਅਸੀਂ ਰਾਤ ਚੰਗੀ ਤਰ੍ਹਾਂ ਲੋਕ ਚੈੱਕ ਕਰਕੇ ਜਾਂਦੇ ਹਾਂ ਜੀ। ਸਵੇਰੇ ਸਾਨੂੰ ਤਕਰੀਬਨ 5:30 ਸਾਢੇ 5 ਵਜੇ ਸਾਨੂੰ ਫੋਨ ਆਉਂਦਾ ਵੀ ਤੁਹਾਡਾ ਸ਼ਟਰ ਤੋੜਿਆ ਹੈ। ਅਸੀਂ ਜਦ ਗੱਡੀਆਂ ਚੱਕ ਕੇ ਆ ਗਏ ਅਤੇ ਦੇਖਿਆ ਵੀ ਸ਼ਟਰ ਤੋੜਿਆ ਹੈ। ਕਿੰਨਾ ਕੁ ਨੁਕਸਾਨ ਹੋਇਆ? ਤਕਰੀਬਨ ਜੀ ਸਾਡੇ ਕੋਲ 65-70 ਹਜ਼ਾਰ ਦਾ ਸੀ ਬੱਚਾ ਪਿਆ ਹੀ ਹੁੰਦਾ ਸਾਡੇ ਘਰ, ਇਸ ਤੋਂ ਵੱਧ ਨਹੀਂ ਹੈਗਾ ਜੋ ਵੀ ਹੈਗਾ ਸੀ ਇਹ। ਬਾਕੀ ਜੋ ਸਾਡੇ ਡਾਕੂਮੈਂਟ ਸੀਗੇ, ਪਰਚੀਆਂ ਪੁਰਚੀਆਂ ਜਾਂ ਕੁਝ ਹੋਰ ਸੀਗਾ, ਉਹ ਸਾਰਾ ਕੁਛ ਨਾਲੇ ਦੇ ਗਏ। ਅੱਛਾ ਜੀ, ਅਤੇ ਇਸ ਤੋਂ ਇਲਾਵਾ? ਨਹੀਂ, ਇਸ ਤੋਂ ਇਲਾਵਾ ਕੋਈ ਨਹੀਂ। ਤੁਹਾਡੇ ਕੋਲ CCTV 'ਚ ਆਇਆ ਕੁਛ? ਹਾਂਜੀ, ਸਵਿਫਟ ਗੱਡੀ ਖੜ੍ਹਦੀ ਹੈ, 2 ਬੰਦੇ ਨਿਕਲਦੇ ਨੇ, ਰਾੜ ਪਾ ਕੇ ਸ਼ਟਰ ਚੱਕ ਲੈਂਦੇ ਨੇ। ਕਿੰਨੇ ਕੁ ਵਜੇ ਦੀ ਘਟਨਾ? 5:15 ਵਜੇ ਦੀ, ਕੈਮਰਿਆਂ ਦੇ ਅਕੋਰਡਿੰਗ 5:15 ਵਜੇ। ਸਵੇਰੇ ਤੜਕਸਾ ਰਹੇ ਜੇ ਕੰਮ ਹੋਣ ਲੱਗ ਗਏ ਤਾਂ ਕੀ ਸਮਝਦੇ? ਦੇਖੋ ਜੀ, ਪਤਾ ਨਹੀਂ ਪ੍ਰਸ਼ਾਸਨ ਦੀ ਘਾਟ ਹੈ ਕੀ ਨਹੀਂ। ਬਹੁਤ ਅੱਜ ਰਾਤ ਸਵੇਰੇ ਅੱਜ ਘੱਟੋ ਘੱਟ 2-3 ਵਾਰ ਦਾ ਤਾਂ ਮੈਂ ਦੇਖ ਲਿਆ ਵੀ ਹੋਈਆਂ ਨੇ। ਇੱਕ ਸਾਡੇ ਤੋਂ ਅੱਗੇ ਪੱਟਿਆ ਸ਼ਟਰ ਮੋਬਾਈਲ ਵਾਲੇ ਦਾ, ਇੱਕ ਲੇਡੀ ਰੋਡ ਦੇ ਪੁਲ ਤੋਂ ਪਾਰ ਪੱਟਿਆ ਹੈ।
ਅਤੇ ਹੋਰ ਪਤਾ ਲੱਗੂਗਾ ਵੀ ਹੋਰ ਸ਼ਾਇਦ ਕਿੰਨੀਆਂ ਵਾਰਦਾਤਾਂ ਹੋਈਆਂ ਕੀ ਮੰਗ ਕਰਦੇ ਅਸੀਂ ਚਾਹੁੰਦੇ ਹਾਂ ਜੀ ਪ੍ਰਸ਼ਾਸਨ ਦੇਖੇ ਬਿਲਕੁਲ ਚੌਂਕੀਦਾਰ ਜਿਹੜੇ ਰੱਖੇ ਆ ਉਹਨਾਂ ਨੂੰ ਤਾੜਨ ਵੀ ਹਾਂ ਤੁਸੀਂ ਭਾਈ ਕਿ ਕਿੰਨੇ ਵਜੇ ਜਾਂਦੇ ਹੋ ਕਿੰਨੇ ਵਜੇ ਨਹੀਂ ਜਾਂਦੇ ਇਹ ਆਪਾਂ ਪੈਸੇ ਦਿੰਦੇ ਹਾਂ ਉਹਨਾਂ ਨੂੰ ਮਹੀਨੇ ਬਾਅਦ ਦਿੰਦੇ ਹਾਂ ਕੋਈ ਚੈੱਕ ਹੀ ਨਹੀਂ ਕਰਦਾ ਵੀ ਹਾਂ ਬੰਦਾ ਕਿੰਨੇ ਵਜੇ ਆਉਂਦਾ ਕਿੰਨੇ ਵਜੇ ਜਾਂਦਾ ਮੈਂ ਲਖਵੀਰ ਸਿੰਘ ਭੱਟੀ ਟੇਲਰ ਜੀ ਕੀ ਹੋਇਆ ਜਿਹੜਾ ਵੱਖ ਮੈਂ ਜੀ ਰੋਜ਼ ਦੀ ਤਰ੍ਹਾਂ ਮੈਂ ਜਦੋਂ ਸਵੇਰੇ ਆਇਆ 5 ਵਜੇ ਮੈਂ ਦੁਕਾਨ ਖੋਲ੍ਹੀ ਆ ਕੇ ਅਤੇ ਦੁਕਾਨ ਖੋਲ੍ਹ ਕੇ ਦੋ ਬੱਚੀਆਂ ਇੱਥੋਂ ਗਈਆਂ ਨੇ ਅਤੇ ਇੱਥੇ ਗੱਡੀ ਖੜ੍ਹੀ ਆ ਮੇਰੀ ਨਿਗਾਹ ਪੈ ਗਈ ਆ ਗੱਡੀ ਨੂੰ ਬੱਚੀਆਂ ਭੱਜੀਆਂ ਗਈਆਂ ਮੈਨੂੰ ਕਹਿੰਦੇ ਅੰਕਲ ਚੋਰੀ ਹੋ ਰਹੀ ਆ ਜਿਹੜੀ ਕਾਗਜ਼ ਚੁਗਣੇ ਵਾਲੀਆਂ ਹੁੰਦੀਆਂ ਨੇ ਮੈਂ ਕਿਹਾ ਬੇਟਾ ਕੌਣ ਚੋਰੀ ਕਰ ਰਿਹਾ ਮੈਂ ਕਿਹਾ ਕੋਈ ਇਹਨਾਂ ਦੇ ਨਾਲ ਦਾ ਹੀ ਹੋਣਾ ਆ ਕਹਿੰਦੀ ਨਹੀਂ ਅੰਕਲ ਮੂੰਹ 'ਤੇ ਰੁਮਾਲ ਬੰਨੇ ਵੀ ਚੋਰੀ ਕਰਦੇ ਪਏ ਆ ਉਹ ਕੁੜੀਆਂ ਇੱਧਰ ਨੂੰ ਚਲ ਗਈਆਂ ਮੈਂ ਉੱਥੋਂ ਭੱਜਿਆ ਜਦੋਂ ਦੇਖਿਆ ਮੈਂ ਕਿਹਾ ਵਾਕਈ ਵੀ ਸ਼ਟਰ ਚੱਕਿਆ ਵੈ ਐਨ ਕੇ ਸ਼ਰਮਾ ਮੈਂ ਇੱਥੋਂ ਆ ਕੇ ਇਹਨਾਂ ਨੂੰ ਗਾਲ ਕੱਢੀ ਆ ਉੱਚੀ ਦਿਨ ਮੈਂ ਖੜ੍ਹ ਜਾਓ ਤੁਹਾਡੀ ਭੈਣ ਉਹਨਾਂ ਨੇ ਜਦੋਂ ਗੱਡੀ ਦੇ ਵਿੱਚ ਬਹਿ ਕੇ ਭੱਜ ਗਿਆ ਇੱਧਰ ਨੂੰ ਉਹਦੇ ਬਾਅਦ 'ਚ ਅਸੀਂ ਇੱਥੇ ਖੜ੍ਹ ਕੇ ਫੋਨ ਲਾਉਂਦੇ ਰਹੇ ਦੋ ਮੁੰਡੇ ਰੁੱਕ ਕੇ ਉਹਨਾਂ ਨੂੰ ਮੈਂ ਕਿਹਾ ਵੀ ਫੋਨ ਕੱਢੋ ਇਹਨਾਂ ਨੂੰ ਨੰਬਰ ਲਾਈਏ ਮੇਰਾ ਫੋਨ ਦੁਕਾਨ 'ਚ ਰਹਿ ਗਿਆ ਸੀਗਾ ਉਹਨਾਂ ਤੋਂ ਨੰਬਰ ਲਾ ਕੇ ਅਸੀਂ ਦੁਕਾਨ 'ਤੇ ਇਹਨਾਂ ਨੂੰ ਫੋਨ ਕਰਦੇ ਰਹੇ ਇਹਨਾਂ ਨਹੀਂ ਚੱਕਿਆ ਉੱਧਰੋਂ ਗੱਡੀ ਦੁਬਾਰਾ ਵਾਪਸ ਇੰਨੀ ਸਪੀਡ ਨਾਲ ਆਈ ਉਹ ਗੱਡੀ ਉਹਦੇ ਵਿੱਚ 4 ਬੰਦੇ ਨੇ ਜਿਹੜਾ ਗੱਡੀ ਚਲਾ ਰਿਹਾ ਉਹਦੇ ਕੋਲ ਲਗਭਗ ਰਿਵਾਲਵਰ ਤਾਂ ਹੈਗਾ ਆ ਉਹਨੇ ਇੰਨੀ ਸਪੀਡ ਨਾਲ ਗੱਡੀ ਕੱਢੀ ਆ ਇੱਕ ਮੁੰਡਾ ਉੱਧਰ ਇੱਕ ਉੱਧਰ ਮੈਂ ਉਹ ਉੱਥੇ ਥੜੀ ਦੇ ਉੱਤੇ ਚੜ੍ਹ ਕੇ ਜਾਨ ਬਚਾਈ ਆ ਅਸੀਂ ਕੰਬਣ ਲੱਗ ਗਏ ਵੀ ਇਹਨਾਂ ਨੇ ਸਾਨੂੰ ਜੇ ਅਸੀਂ ਇੱਥੇ ਖੜ੍ਹੇ ਹੁੰਦੇ ਤਾਂ ਅਸੀਂ ਸਾਡੇ ਤਿੰਨਾਂ 'ਤੇ ਗੱਡੀ ਚਾੜ ਦੇਣੀ ਸੀ ਉਹਨਾਂ ਨੇ ਜਿਵੇਂ ਹੁਣ ਇਲੈਕਸ਼ਨ ਦਾ ਦੌਰ ਹੈ ਇਹੋ ਜਿਹੀ ਵਾਰਦਾਤਾਂ ਹੋ ਰਹੀਆਂ ਨੇ ਕੀ ਕਹਿੰਦੇ ਦੇਖੋ ਜੀ ਸਰਕਾਰ ਮੈਂ ਤਾਂ ਇੱਕ ਗੱਲ ਕਹੂੰਗਾ ਇਸ ਹਿਸਾਬ ਨਾਲ ਤਾਂ ਸਰਕਾਰ ਹੈ ਹੀ ਨਹੀਂ ਜਦੋਂ ਦਿਨ ਦਿਹਾੜੇ 5:20 ਤੋਂ 20 ਮਿੰਟਾਂ ਦੇ ਵਿੱਚ ਦੋ ਚੋਰੀਆਂ ਹੋ ਗਈਆਂ ਠੀਕ ਹੈ ਜੀ ਦੁਕਾਨਾਂ ਤਾਂ ਇੱਥੇ ਕਾਫੀ ਦੋ ਦੁਕਾਨਾਂ 'ਤੇ ਤਾਂ ਲਗਭਗ ਪਤਾ ਹੀ ਆ ਵੀ ਇੱਥੋਂ ਇੱਕ ਮਾਨ ਵਾਲੇ ਦੇ ਇੱਕ ਇਹਨਾਂ 'ਤੇ ਚੋਰੀ ਹੋ ਗਈ ਆ ਅਤੇ ਮੁਲਾਜ਼ਮ ਵਿਚਾਰੇ ਐਵੇਂ ਕਹੀਏ ਝੂਠ ਬੋਲੀਏ ਵੀ ਜਦੇ 15-20 ਮਿੰਟਾਂ ਦੇ ਵਿੱਚ ਸਵੇਰੇ ਸਵੇਰੇ ਹੁਣ ਉੱਠਦੇ ਨੇ ਇੰਨਾ ਕੁ ਤਾਂ ਟਾਈਮ ਲੱਗ ਗਿਆ ਜਾਂਦਾ 15-20 ਮਿੰਟਾਂ ਦੇ ਵਿੱਚ ਮੁਲਾਜ਼ਮ ਆ ਗਏ ਆ ਗੱਡੀ ਵਾਲੇ ਪੁਲਿਸ ਵਾਲੇ ਇਹਨਾਂ ਨੇ ਵਿਚਾਰਿਆਂ ਨੇ ਆ ਕੇ ਆਪਣੀ ਕਾਰਵਾਈ ਜੋ ਵੀ ਆ ਕੀਤੀ ਹੈ ਇਹਨਾਂ ਨੇ ਅਤੇ ਬਾਕੀ ਉਹ ਬੰਦੇ ਨਿਕਲ ਗਏ ਸੀਗੇ ਜਦੋਂ ਹੁਣ ਕੀ ਮੰਗ ਕਰਦੇ ਮੰਗ ਇਹੀ ਕਰਦੇ ਹਾਂ ਵੀ ਇਹ ਵਿਚਾਰੇ ਨੇ ਪਹਿਲਾਂ ਤਾਂ ਬਹੁਤ ਗਰੀਬੀ ਦੇਖੀ ਇਹਨੇ ਵਿਚਾਰੇ ਨੇ ਬਹੁਤ ਔਖਾ ਕੰਮ ਸੈੱਟ ਕੀਤਾ ਹੁਣੇ ਸੈੱਟ ਕੀਤਾ ਆ ਇਹ ਤਾਂ ਪਹਿਲਾਂ ਵਿਚਾਰੇ ਦਾ ਰੈਡੀਮੇਡ ਦਾ ਕੰਮ ਕੁਛ ਨਹੀਂ ਸੀਗਾ ਇਹ ਤਾਂ ਵਿਚਾਰੇ ਨੇ ਹੁਣ ਲੋਕਾਂ ਦੇ ਰੁਪਈਏ ਇੱਥੇ ਰੱਖ ਕੇ ਗਿਆ ਸੀਗਾ ਜਿਹੜੇ ਜਿਵੇਂ ਜਿਹੜੇ ਹਿਸਾਬ ਨਾਲ ਮੈਂ ਦੇਖੇ ਆ ਸੱਚਾਈ ਇੱਥੋਂ ਨਜ਼ਰ ਆਉਂਦੀ ਹੈ ਵੀ ਜਦੋਂ ਇਹ ਬੰਦੇ ਨੂੰ ਮੈਂ ਘਰ ਦੱਸਿਆ ਇਹ ਚੀਕਾਂ ਮਾਰਨ ਲੱਗ ਗਿਆ ਅਤੇ ਜਦੋਂ ਇਹ ਇੱਥੇ ਆਇਆ ਇੱਥੇ ਆਉਂਦੇ ਨੇ ਪਹਿਲਾਂ ਹੀ ਦਰਾਜ਼ ਕੱਢਿਆ ਦਰਾਜ਼ ਕੱਢ ਕੇ ਇਹਨੇ ਮੱਥੇ 'ਤੇ ਦੁਹੱਥੜ ਮਾਰੀ ਆ ਵੀ ਮੈਂ ਮਰ ਗਿਆ ਮੈਂ ਲੁੱਟਿਆ ਗਿਆ ਔਰ ਇਹ ਇਹੀ ਗੱਲ ਕਹਿ ਰਿਹਾ ਵੀ ਮੇਰਾ 8 ਤੋਂ 10 ਲੱਖ ਰੁਪਈਆ ਚੋਰੀ ਕਰਕੇ ਲੈ ਗਿਆ ਮੇਰੇ ਹਿਸਾਬ ਨਾਲ ਵੀ ਜੇ ਮੈਂ ਉੱਥੋਂ ਆਵਾਜ਼ ਨਾ ਮਾਰਦਾ ਉਹ ਅੰਦਰੋਂ ਮੋਬਾਈਲ ਵੀ ਲੈ ਕੇ ਜਾਂਦੇ ਉਹ ਅੰਦਰੋਂ ਮੋਬਾਈਲ ਵੀ ਲੈ ਕੇ ਜਾਂਦੇ